ਹਾਂਜੀ YouTube ਚੈਨਲ ਪੰਜਾਬ ਐਦਾ ਟੀਵੀ ਦੇਖ ਰਹੇ ਸਾਰੇ ਹੀ ਪੰਜਾਬ ਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਏ ਹਾਂ ਜੀ ਮੌਸਮ ਸੰਬੰਧੀ ਤਾਜ਼ਾ ਜਾਣਕਾਰੀ 6 ਅਤੇ 7 ਜੁਲਾਈ ਵੀ ਕਿਹੜੇ ਇਲਾਕੇ ਵਿੱਚ ਭਾਰੀ ਮੀਂਹ ਹੋਣ ਦੀ ਸੁਭਾਵਨਾ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਹੈ ਉਸ ਬਾਰੇ ਸਾਰੀ ਜਾਣਕਾਰੀ ਤੁਹਾਡੇ ਨਾਲ ਜ਼ਿਲ੍ਹੇਵਾਜ਼ ਦਿੱਤੀ ਜਾਏਗੀ ਜੀ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕਰ ਦੇਖਿਓ ਤਾਂ ਕਿ ਤੁਹਾਡੇ ਇਲਾਕੇ ਦੀ ਆਪਣੀ ਜਾਣਕਾਰੀ ਤੁਹਾਨੂੰ ਪੂਰਨ ਰੂਪ ਵਿੱਚ ਮਿਲ ਸਕੇ ਸ਼ੁਰੂਆਤ ਕਰਦੇ ਹਾਂ ਜੀ 6 ਜੁਲਾਈ ਤੋਂ 6 ਜੁਲਾਈ ਨੂੰ ਆਪਾਂ ਨੂੰ ਫਾਜ਼ਲਕਾ ਮਲੂਟ ਸ਼੍ਰੀ ਗੰਗਾ ਨਗਰ ਬਠਿੰਡਾ ਦੇ ਕੁਝ ਭਾਗਾਂ ਵਿੱਚ ਹਲਕਾ ਤੋਂ ਲੈ ਕੇ ਦਰਮਿਆਨਾ ਵੀ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਤੇ ਬਾਕੀ ਇਲਾਕੇ ਜਿਵੇਂ ਹੋਗੇ ਗੁਰਦਾਸਪੁਰ ਅੰਮ੍ਰਿਤਸਰ ਇਨ੍ਹਾਂ ਵਿੱਚ ਸੰਘਣੀ ਬੱਦਲਵਾਈ ਛਾਈ ਰਹੇਗੀ ਤੇ ਬਾਕੀ ਆਲ ਓਵਰ 70 ਤੋਂ 80 ਪ੍ਰਤੀਸ਼ਤ ਪੰਜਾਬ ਵਿੱਚ ਹਲਕੀ ਤੋਂ ਲੈ ਕੇ ਸੰਘਣੀ ਬੱਦਲਵਾਈ ਕਈ ਇਲਾਕਿਆਂ ਵਿੱਚ ਅੱਜ ਦੇਖੀ ਜਾ ਸਕਦੀ ਹੈ ਤੇ ਕਈ ਇਲਾਕਿਆਂ ਵਿੱਚ ਬੂੰਦਾਬੰਦੀ ਆਪਾਂ ਨੂੰ ਦਿਖਾਈ ਦੇ ਸਕਦੀ ਹੈ ਪਰ 7 ਜੁਲਾਈ ਨੂੰ ਮੌਸਮ ਵਿੱਚ ਫਿਰ ਕਰਵਟ ਬਦਲੇਗੀ ਤੇ ਮੌਨਸੂਨ ਵਿੱਚ ਤੇਜ਼ੀ ਦੇਖੀ ਜਾ ਸਕਦੀ ਹੈ 7 ਜੁਲਾਈ ਨੂੰ ਪਟਿਆਲਾ ਮਰੇਰਕੋਟਾ ਮਾਨਸਾ ਸੰਗਰੂਰ ਚੰਡੀਗੜ੍ਹ ਮੁਹਾਲੀ ਇਹ ਜਿਹੜੇ ਇਲਾਕੇ ਤੁਹਾਨੂੰ ਦੱਸਿਆ ਨੇ ਇਹਨਾਂ ਇਲਾਕਿਆਂ ਵਿੱਚ ਦਰਮਿਆਨੇ ਤੋਂ ਲੈ ਕੇ ਭਾਰੀ ਵੀ ਆਪਾਂ ਨੂੰ ਕੁਝ ਸਥਾਨਾਂ ਵਿੱਚ ਦੇਖਣ ਨੂੰ ਮਿਲ ਸਕਦਾ ਤੇ ਇਹਨਾਂ ਦੇ ਨਾਲ ਲੱਗਦੇ ਇਲਾਕੇ ਵਿੱਚ ਤੇ ਇਸ ਤੋਂ ਇਲਾਵਾ ਜੇ ਗੱਲ ਕਰੀ ਆਪਾਂ 프리ਦਕੋਟ ਮੋਗਾ ਫੂਲ ਲੁਧਿਆਣਾ ਜਲੰਧਰ ਪੱਟੀ ਮਲੋਟ ਇਹਨਾਂ ਇਲਾਕਿਆਂ ਵਿੱਚ ਵੀ ਤੇ ਇਹਨਾਂ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਵੀ ਹਲਕੇ ਤੋਂ ਲੈ ਕੇ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਤੇ ਬਾਕੀ ਪੰਜਾਬ ਵਿੱਚ ਹਲਕੀ ਬੂੰਦਾਬੰਦੀ ਦੇ ਨਾਲ ਮੌਸਮ ਲਗਭਗ ਸਹੀ ਦੇਖਿਆ ਜਾ ਸਕਦਾ ਹੈ ਕੁਝ ਸਥਾਨਾਂ ਵਿੱਚ ਪਰ ਜ਼ਿਆਦਾਤਰ ਇਰੀਆਂ ਵਿੱਚ ਆਪਾਂ ਨੂੰ 7 ਤਰੀਕ ਨੂੰ 60 ਤੋਂ ਲੈ ਕੇ 70% ਏਰੀਆ ਵਿੱਚ ਮੀਂਹ ਦੇਖਣ ਨੂੰ ਮਿਲੇਗਾ ਅਤੇ ਜੇ ਗੱਲ ਕਰੀਏ ਆਪਾਂ ਹਵਾਵਾਂ ਦੀ ਰਫਤਾਰ ਹਵਾਵਾਂ ਦੀ ਰਫਤਾਰ ਆਪਾਂ ਨੂੰ 7 ਜੁਲਾਈ ਨੂੰ 20 ਤੋਂ ਲੈ ਕੇ 40 ਕਿਲੋਮੀਟਰ ਪ੍ਰਤੀ ਘੰਟੇ ਰਫਤਾਰ ਨਾਲ ਤੇਜ਼ ਹਵਾਵਾਂ ਦੀ ਗਤੀ ਦੇਖਣ ਨੂੰ ਮਿਲੇਗੀ ਤੇ ਇਹ ਹਵਾਵਾਂ ਪੂਰਬ ਤੋਂ ਲੈ ਕੇ ਪੱਛਮ ਦਿਸ਼ਾ ਵੱਲ ਚਲਦੀਆਂ ਦਿਖਾਈ ਦੇਣਗੀਆਂ ਇਹ ਸਨ ਜੀ ਅੱਜ ਦੀ ਮੌਸਮ ਸੰਬੰਧੀ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਹਰੇਕ ਪੰਜਾਬ ਵਾਸੀ ਤੇ ਕਰੀਨਾ ਖਬਰਾਂ ਦੀ ਜਾਣਕਾਰੀ ਪਹੁੰਚ ਸਕੇ ਔਨ ਵਾਲੀਆਂ ਤਾਜ਼ਾ ਤਰੀਨ ਮੋਸਸਵੰਦੀ ਖਬਰਾਂ ਵਾਲੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਘੰਟੀ ਦਾ ਨਿਸ਼ਾਨ ਦਬਾ ਕੇ ਤਾਤਾ ਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ